ਮਨੁੱਖੀ ਅਧਿਕਾਰ ਮੋਰਚਾ ਸੰਗਠਨ ਨੇ ਕੀਤੀਆਂ ਅੱਧੀ ਦਰਜਨ ਤੋਂ ਵਧੇਰੇ ਨਵੀਆਂ ਨਿਯੁਕਤੀਆਂ, ਕੌਮੀ ਚੇਅਰਮੈਨ ਨੇ ਵੰਡੇ ਨਿਯੁਕਤੀ ਪੱਤਰ। ਗਰਾਊਂਡ ਰਿਪੋਰਟ 'ਚ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਪਿਸ਼ੌਰਾ ਸਿੰਘ ਪੰਨੂ। ਹਿਊਮਨ ਰਾਈਟਸ ਮੋਰਚਾ ਨਵੀਂ ਸੰਗਠਨ ਵੱਲੋਂ ਪੱਟੀ ਇਲਾਕੇ ਅੰਦਰ ਆਪਣੇ ਸੰਗਠਨ ਦੀਆਂ ਅੱਧੇ ਦਰਜਨ ਤੋਂ ਵਧੇਰੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ, ਜਿਸ ਦੇ ਨਿਯੁਕਤੀ ਪੱਤਰ ਪਿੰਡ ਭਗੂਪੁਰ ਵਿਖੇ ਹੋਏ ਸਮਾਗਮ ਮੌਕੇ ਮੋਰਚੇ ਦੇ ਕੌਮੀ ਚੇਅਰਮੈਨ ਨਰਿੰਦਰ ਧਵਨ ਹੋਰਾਂ ਵੱਲੋਂ ਵੰਡੇ ਗਏ। ਇਸ ਮੌਕੇ ਨਵੇਂ ਨਿਯੁਕਤ ਹੋਏ ਪ੍ਰਧਾਨ ਗੁਰਲਾਲ ਸਿੰਘ ਹੋਰਾਂ ਦਾ ਕਹਿਣਾ ਸੀ ਕਿ ਗੁਰਲਾਲ ਸਿੰਘ ਸਿੱਧੂ, ਮੈਂ ਪਹਿਲਾਂ ਵੀ ਕਾਫੀ ਪੋਲਿਟਿਕਸ ਪਾਰਟੀਆਂ ਦੇ ਵਿੱਚ ਵਿਚਰ ਰਿਹਾ। ਇੱਕ ਪਾਰਟੀ ਜਿਹੜੀ ਉਹ ਸਾਰਿਆਂ ਨੂੰ ਪਤਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਕੰਮ ਕੀਤਾ, ਪਰ ਜਦੋਂ ਅਸੀਂ ਪਾਰਟੀਆਂ ਦੇ ਵਿੱਚ ਵਿਚਰਦੇ ਹਾਂ ਉਦੋਂ ਧੜੇ ਦੀ ਭਾਵਨਾ ਆ ਜਾਂਦੀ ਆ। ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅਸੀਂ ਹਿਊਮਨ ਰਾਈਟ ਮੋਰਚਾ ਪੱਟੀ ਦੇ ਵਿੱਚ ਜੋ ਕਿ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਧਵਨ ਜੀ ਵੱਲੋਂ, ਕੌਮੀ ਪ੍ਰਧਾਨ ਹਿਊਮਨ ਰਾਈਟ ਮੋਰਚਾ ਵੱਲੋਂ, ਮੋਰਚੇ ਦੇ ਕੌਮੀ ਚੇਅਰਮੈਨ ਨਰਿੰਦਰ ਧਵਨ ਹੋਰਾਂ ਵੱਲੋਂ ਵੀ ਇਸ ਮੌਕੇ ਆਪਣੇ ਵਿਚਾਰ ਰੱਖੇ ਗਏ। ਨਿਯੁਕਤੀ ਪੱਤਰ ਦਿੱਤੇ ਗਏ ਨੇ ਹਿਊਮਨ ਰਾਈਟ ਮੋਰਚੇ ਵੱਲੋਂ, ਤੇ ਮੈਂ ਆਸ ਕਰਦਾ ਆ ਗੁਰਲਾਲ ਜੀ ਬਹੁਤ ਸੂਝਵਾਨ ਜੇ, ਪਹਿਲਾਂ ਵੀ ਲੀਡਰ ਰਹਿ ਚੁੱਕੇ ਨੇ, ਇਹਨਾਂ ਕਾਫੀ ਪਾਰਟੀਆਂ ਵਿੱਚ ਕੰਮ ਕੀਤਾ ਆ, ਤੇ ਮੈਂ ਆਸ ਕਰਦਾ ਵੀ ਜਿਹੜਾ ਇਹਨਾਂ ਨੂੰ ਮਾਨ ਤਾਨ ਦਿੱਤਾ ਹੈ ਇਹਨੂੰ ਵਧਾਇਆ ਜਾਏਗਾ ਤੇ ਸਤਿਕਾਰ ਕਰਨਗੇ। ਔਰ ਇਹਨਾਂ ਨੇ ਜਿਵੇਂ ਦੱਸਿਆ ਆ, ਅਸੀਂ ਕੋਈ ਲਾਲਚ ਨਹੀਂ ਕਿਸੇ ਨੂੰ, ਕੋਈ ਵੋਟਾਂ ਦਾ ਲਾਲਚ ਨਹੀਂ, ਕੋਈ ਕੁਛ ਨਹੀਂ, ਅਸੀਂ ਤਾਂ ਮਾਨਤਾ ਦੇ ਕੰਮ ਕਰਨੇ ਆ, ਮਾਨਵ ਦੇ ਕੰਮ ਕਰਾਂਗੇ ਤੇ ਸਾਡਾ ਜਿਹੜਾ ਉਤਸ਼ਾਹ ਜਿਹੜਾ ਲੋਕਾਂ ਦਾ ਉਤਸ਼ਾਹ ਜਿਹੜਾ ਵੱਧਦਾ ਜਾਏਗਾ। ਕਿੰਨੀਆਂ ਨਿਯੁਕਤੀਆਂ ਅੱਜ ਕਿਤੇ? ਅੱਜ ਜੀ ਹੈਗੀਆਂ 7 ਤੇ 2 9 ਨਿਯੁਕਤੀਆਂ ਹੀ ਜੀ, ਬਿਊਰੋ ਰਿਪੋਰਟ ਗਰਾਊਂਡ ਰਿਪੋਰਟ ਚ ਟੀਵੀ ਨਿਊਜ਼ ਇੰਡੀਆ।